स्टेज के साथ कर लिए। हाँ नहीं, वो चार पांच मुख्तलिफ एंगल से खींच लिए। ये मुझे आप सेंड कर सकते हैं, ये सारी बच्चों की भी बना ले, जिस उसकी बनाने बनाने में सेंड कर मेरी भी। ਜਿਨੀ ਨਾਮ ਦਿਆਇਆ ਸਤਸਾ ਨਾਨਕ ਦੇ ਮੁਖ ਉਜਲੇ ਕੀਤੀ ਚੁੱਕੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਦਿੱਤਾ ਸਾਧ ਹੁਕ ਜਾਏ
दसवें पातशाह श्री गुरु गोबिंद सिंह साहब के सताई हुए सहाय दसा पातशाह जोत श्री गुरु ग्रंथ साहब जी के पार दीदार दाते आप करके हो मुझे मुझे पंजाब प्यारिया तो हाँ साहब दसदिया चालिया मुक्तिया हटिया जपिया कपिया जिन्ना नाम जपया वन छकिया देख लाई देख लाई देख के अणगण किया तिना प्यारिया सत्यारिया की कमाई का ध्यान करके खालसा जी बोलो जे बोलो जे जिन्ना सिंह सिंधिया ने तन शीस दिते बंद बंद पटाए खोपड़िया नुआइया चखड़िया कड़े गए आरिया चराए गए गुरुद्वारिया की सेवा ने कुर्बानिया कीतिया करने हारिया सिक्की गेसा फासा नाल निभाए तिना की कमाई का ध्यान करके खालसा जी को नुचे पंजा तख्ता सरबत गुरुद्वारिया का ध्यान करके बोलो जे प्रार्थना सरबत खालसा जी की अरदास है जे सरबत खालसा जी को वाहेगुरु 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 चिते आवन चिते आवन का सदका सर्व सुख होवन जहाँ जहाँ खालसा जी साहिब तहाँ तहाँ रखिया राय तुदेग तेग फतेह व्यक्ति पैज पंथ जी श्री साहब जी सहाय खालसा जी के बोल वाले बोलो जे बोलो जे सिक्का सिखी दान केस दान रक्त दान बबेक दान विशाह दान पुरसा दान दान अक्षर दान नाम दान श्री अमृतसर जी के दर्शन इशनान चौकिया कंडे बुंगा जुगो जुग अटाल धर्म का जयकार बोलो जे बोलो जे सिखांदा मन नीवा मत उच्चे मत पत दे रखे आप वाहेगुरु हे अकार कपड़े पंथ दे सदा सहाय दत्ता जी श्री ननकाणा साहिब ते होर गुरुद्वारिया मुखा मन दे जिन्ना तो पंथ नु विछोड़िया गया है खुले दर्शन दीदार ते सेवा संभाल दा दान खालसा जी नु बख्शो सात आरती पई हरियावली जिते मेरा सतगुर बैठा है से जंत पए हरियावले जिन्नी मेरा सतगुर देखिया जाए तन तन पिता तन तन पुलम तन तन सो जननी जिन गुरु जनिया माए तन तन रामदास पुरम जिन श्री आत्म सुवारिया पूरी हुई करम मात आप सिरजन हारे तारेयां एक उत्तम पंथ सुनियो गुर संगत तहां मिलंत जम त्रास मिटाई एक अरदास प्राप्त की गुरु रामदास राखो शरणाई ऐसे दीन दयाल सतगुरु चौथे पातशाह छोटी सुल्तान तन तन श्री गुरु रामदास साहब जी अज दे शुद्ध आले पिता बाबा हरदास जी दे ग्रह विखे माता दया कौर जी दे पवित्र कुखों इसी अस्थान गुरुद्वारा श्री जन्म स्थान चूना मंडी लाहौर पाकिस्तान विखे तन तन सतगुरु
ਇਸੀ ਦਿਹਾੜੇ ਅਵਤਾਰ ਤਾਰਿਆ ਸੀ ਐਸੇ ਮਹਾਨ ਸਤਿਗੁਰਾਂ ਦਾ ਅਵਤਾਰ ਤਾਰਨ ਦੇ ਗੁਰਪੁਰਬ ਗੁਰਦੁਆਰਾ ਸ੍ਰੀ ਜਨਮ ਸਥਾਨ ਚੂਨਾ ਮੰਡੀ ਲਾਹੌਰ ਵਿਖੇ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਯਤਾ ਸ਼ਕਤਾਵਾਂ ਅਰਪਣ ਕਰ ਰਹੀਆਂ ਸਤਿਗੁਰੂ ਜੀਓ। ਇਸੇ ਹੀ ਸੰਬੰਧ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮਲਕੀਤ ਸਿੰਘ ਜੀ, ਗੁਰੂ ਰਾਮਦਾਸ ਸੇਵਕ ਜਥਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਰਸੋਂ ਰੋਜ਼ ਤੋਂ ਸ੍ਰੀ ਅਕਾਲੀ ਬਾਣੀ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਏ ਸਨ। ਆਪ ਜੀ ਦੀ ਅਪਰ ਅਪਾਰ ਕਿਰਪਾ ਦੁਆਰਾ ਰਹਿਮਤ ਸਦਕਾ ਸ੍ਰੀ ਅਕਾਲੀ ਬਾਣੀ ਸ੍ਰੀ ਅਖੰਡ ਪਾਠ ਦੇ ਸੰਪੂਰਨ ਹੋ ਪਏ ਹਨ। ਸਾਧੂ ਜੀਓ, ਪਾਪੀ ਸਿੰਘਾਂ ਪਾਸੋਂ ਪਾਠ ਕਰਦੇ ਹਾਂ, ਸੇਵਾਦਾਰਾਂ ਪਾਸੋਂ ਸੇਵਾ ਕਰਦੇ ਹਾਂ, ਅਨੇਕਾਂ ਤਰ੍ਹਾਂ ਦੀਆਂ ਕੁਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣਦੇ ਹੋਏ ਮਾਫੀ ਦਾਨ ਬਖਸ਼ਣਾ। ਯਜਮਾਨੀਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਚਖੰਡ ਸਥਾਨ ਗੁਰਦੁਆਰਾ ਸ੍ਰੀ ਜਨਮ ਸਥਾਨ ਚੂਨਾ ਮੰਡੀ ਲਾਹੌਰ ਵਿਖੇ ਜੁਗੋ ਜੁਗ ਅਕਾਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਮਹਾਨ ਪਵਿੱਤਰ ਅਧੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਦੇ ਸੁੰਦਰ ਦੀਵਾਨ ਸਜਾਏ ਗਏ ਹਨ। ਸਜਿਆ ਹੋਇਆ ਦੀਵਾਨਾ ਅੰਦਰ ਆਪ ਜੀ ਦੀ ਅਲਪ ਅੰਮ੍ਰਿਤਮਈ ਬਾਣੀ ਸੰਪੂਰਨ ਆਸਾ ਦੀਵਾਰ ਦੇ ਛੱਕੇ ਸ਼ਾਂਤ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੇ ਪੂਜ ਕੀ ਅਰਦਾਸ ਹੈ ਜੀ। ਵੀਰੇ ਨਿਵਾਜ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ, ਹੋਈਆਂ ਕੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਆਗੋ ਲਈ ਸੁਧਬਾਣੀ ਪੜ੍ਹਨ ਦੀ ਸਮਰਥਾ ਬਖਸ਼ਣੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹ ਸੇਵਕ ਜਨ ਮੰਨ ਪਰ ਤੱਕ ਗੁਰੂ ਨਿਸਤਾਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਬਾਣੀ ਦਾ ਉਲਟਾ ਸਿਰਾ ਲੈਂਦੇ ਹੋਏ ਭਾਈ ਹਰਦੀਪ ਸਿੰਘ ਜੀ ਹਰਵਿੰਦਰ ਕੌਰ ਵੰਦ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਕਾਰਨ ਸ੍ਰੀ ਸਹਿਜਪਾਲ ਦੀ ਸਮਾਪਤੀ ਹੋਈ ਹੈ। ਸਤਿਗੁਰੂ ਜੀਓ, ਜਿਹਨਾਂ ਪਾਵਨ ਸਪਾਰਕਾਏ ਹਨ ਸੋ ਪਾਵਨਾਵਾਂ ਪੂਰੀਆਂ ਕਰਨੀਆਂ, ਗ੍ਰਹਿ ਵਿਖੇ ਖੁਸ਼ੀਆਂ ਦੇ ਖੇੜੇ ਬਖਸ਼ਣੇ। ਸਤਿਗੁਰੂ ਜੀਓ, ਜਿਹਨਾਂ ਜਿਹਨਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਅਰਦਾਸਾਂ ਜੋੜੀਆਂ ਹਨ ਇਹਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਨੀਆਂ, ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਸਿੱਕੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸਰਬੱਤ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀਓ, ਆਪ ਦਾਤੇ ਬੇਅੰਤ ਸੰਗਤਾਂ ਵੱਲੋਂ ਉੱਤੀ ਗਣ ਪਵੇ ਦੇ ਮਾਂ ਬਾਪ ਅਨੁਸਾਰ ਬਜੰਗੀ ਦੀ ਦਾਤ ਵਾਸਤੇ ਅਰਦਾਸਾਂ ਜੁਗਣੀਆਂ ਹਨ। ਜਿਹਨਾਂ ਪਰਿਵਾਰਾਂ ਵਿੱਚ ਇਹ ਜਿਹੀ ਦਾਤ ਨਹੀਂ ਹਨ, ਕਿਰਪਾ ਕਰਕੇ ਖੁਸ਼ੀਆਂ ਦੇ ਖੇੜੇ ਭਰਪੂਰ ਰੱਖਣੇ, ਹਰ ਪ੍ਰਕਾਰ ਦੀ ਅਰਜੀਆ ਸਹਾਇਤਾ ਕਰਨੀ। ਸਾਧੂ ਜੀਓ, ਆਪ ਦਾਤੇ ਬੇਅੰਤ ਸੰਗਤਾਂ ਵੱਲੋਂ ਰੁਮਾਲੇ ਛੱਡ ਕੇ ਪੇਟ ਹੋਏ ਹਨ, ਰੁਮਾਲੇ ਅੰਗੀਕਾਰ ਕਰਨੇ, ਕਾਲ ਕੰਡ ਦੂਰ ਕਰਨਾ, ਲੋਕ ਪ੍ਰਲੋਕ ਦੇ ਪਰਦੇ ਕੱਢਣੇ। ਸਤਿਗੁਰੂ ਜੀਓ, ਬੇਅੰਤ ਸੰਗਤਾਂ ਵੱਲੋਂ ਸੀਸ ਪ੍ਰਸ਼ਾਦੇ ਆਦਰ ਕਰਵਾਏ ਹਨ ਸੋ ਭਾਵਨਾਵਾਂ ਪੂਰੀਆਂ ਕਰਨੀਆਂ। ਸਤਿਗੁਰੂ ਜੀਓ, ਆਪ ਦਾਤੇ ਆਪ ਦੇ ਕੈਲੀਆਂ ਪਾਸੋਂ, ਗੁਰੂ ਰਾਮਦਾਸ ਸੇਵਕ ਜਥਾ ਪਾਸੋਂ ਅਤੇ ਹੋਰ ਆਪ ਦੇ ਦਾਤੇ ਸੇਵਾਦਾਰਾਂ ਪਾਸੋਂ ਸੇਵਾ ਕਰਦੇ ਹਾਂ, ਅਨੇਕਾਂ ਤਰ੍ਹਾਂ ਦੀਆਂ ਕੁਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣਦੇ ਹੋਏ ਮੁਆਫੀ ਦਾ ਦਾਨ ਬਖਸ਼ਣਾ, ਅੱਗੋਂ ਲਈ ਸ਼ੁਰਤਾ ਅਨੁਸਾਰ ਸੇਵਾ ਲੈਣੀ। ਸਾਧੂ ਜੀਓ, ਗਰੀਬ ਨਿਵਾਜ ਖਾਲਸਾ ਪੰਥ ਨੂੰ ਚੜ੍ਹਦੀ ਕਲਾਵਾਂ ਬਖਸ਼ ਕੇ ਆਪਸੀ ਏਕਤਾ ਬਖਸ਼ਣੀ। ਗਰੀਬ ਨਿਵਾਜ ਆਪ ਜੀ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪ੍ਰਹਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ, ਪ੍ਰਹਾ ਪ੍ਰਸ਼ਾਦ ਦਰ ਪ੍ਰਵਾਨ ਹੋਏ
ਪ੍ਰਵਾਨ ਹੋਇਆ ਪਛਾਣ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਬੇਅੰਤ ਸੰਗਤਾਂ ਵੱਲੋਂ ਕਾਰੋਬਾਰ ਲਈ ਅਤੇ ਹੋਰ ਮਨੋਕਾਮਨਾ ਵਾਸਤੇ ਵਾਸਾ ਜੋਗਣੀਆਂ ਹਨ ਜਿਹਨਾਂ ਸਮੂਹ ਸੰਗਤਾਂ ਦੇ ਨਾਮ ਆਪ ਜਾਣੀ ਜਾਣ ਹੋ ਸਰਬੱਤ ਦੇ ਕਾਰਜ ਰਾਸ ਕਰਨੀ ਯਾਤਰਾ ਸਮਝੇ ਕਰਨੀ ਦਰੋ ਕਰੋ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਾਧ ਪੂਜੀਓ ਇਸ ਵੇਲੇ ਆਪਣਾ ਪਾਵਨ ਪਵਿੱਤਰ ਫਰਮਾਨ ਬਖਸ਼ ਕੇ ਸੰਤਾਂ ਨੂੰ ਕਰਤਾਰ ਕਰੋ ਸੁਖ ਹੋਵੇ ਸਹੀ ਪਿਆਰੇ ਮੇਰੇ